ਹੁਣ ਤਾਂ ਚਲੀ ਪਈ, ਚਲੋ ਦੇਖਣਾ ਚਲੀ ਰਹਿੰਦੀ ਬੁਝਕੇ ਚੁੱਕੀ ਨੇ। ਇਹ ਬੁਝਕਾ ਨਹੀਂ ਹੈ, ਪਰਸ ਹੈ ਮੇਰਾ। ਖੈਰ ਤੂੰ ਅੰਜੋ ਬੜਾ ਪਤਾ, ਮੈਂ ਆਪਣੀਆਂ ਨਾਨੀਆਂ ਆਲੇ ਚੱਲੀ ਹਾਂ। ਮੰਮੀ ਜੀ ਮੈਂ ਵੀ ਜਾਣਾ ਤੁਹਾਡੇ ਨਾਲ। ਤੂੰ ਚਲੀ ਜਾਣਾ ਤਾਂ ਰੋਟੀ ਕੁਨੀ ਤੇਰੇ ਬੱਬੇ ਬਣਾਣੀ, ਕਹਿੰਦਾ ਤੂੰ ਤਾਂ ਇਹ ਸਿਰੇ ਤੇ ਚੜਾਈ ਨੇ ਰੱਖਿਆ ਨਾ, ਲੱਗਣਾ ਵਿਆਹ ਤੇ ਬਾਅਦ ਪਤਾ ਤੀਜੋ। ਜਾਣਾ ਦੀ ਆਈ ਹੋਬੀ, ਇਹਨੇ ਕੀ ਕਰਨਾ ਇੱਥੋਂ? ਮੇਰੀ ਨਾਨੀ ਵੀ ਵਿਚਾਰੀ ਤਿਆਰ ਬੈਠੀ ਹੈ। ਮੰਮੀ ਨਾਨੀ ਤਿਆਰ ਜੀ ਹੈ, ਤੁਹਾਨੂੰ ਇਕੱਲੀ ਆ ਜਾਣਾ, ਤੂੰ ਕਿਉਂ ਚੱਲੇ ਕਿੰਨੀ ਡੈਡ ਜੀ? ਮੈਂ ਸੱਚੀ ਬੋਲਾਂ ਮੋਆ ਛੋਕਰੂਆ ਉਲਟੀ ਗਏ ਆ, ਉੱਪਰ ਦੀਆਂ ਤਿਆਰੀਆਂ ਕਰਨ ਬੈਠੀ ਹੈ, ਬੜੀ ਬਿਮਾਰ ਹੈ ਮੇਰੀ ਨਾਨੀ, ਕੱਲ ਚਲੀ ਜਾਣਾ ਉਹਨਾਂ। ਦੇਖ ਚੱਲੀ ਉਹ ਖਬਰ ਲੈਣਾ, ਕਹਿੰਦੇ ਗੱਲਾਂ ਕਦੀਆਂ ਕਰਾਂ ਦੀ। ਉਹ ਮੈਂ ਤਾਂ ਪਹਿਲਾਂ ਗਲਾਂਦਾ ਕਿ ਨਾ ਜਨਾਨਾ ਦੀ ਅਕਲ ਹੀ ਖੁਰੀਆਂ ਹੁੰਦੀ, ਪਤਾ ਨਹੀਂ ਕੁੱਤੇ ਮੇਰੇ ਪੱਲੇ ਪਈ ਇੱਜੋ। ਡੈਡੀ ਜੀ ਮੇਰੀ ਅਮਾ ਹੋਈ ਇੰਜ ਮਤ ਬੋਲਾਂ, ਨਹੀਂ ਤਾਂ ਦਿੱਖੀ ਲੈਣੀ ਹੋ ਫਿਰ। ਉਹ ਤੂੰ ਕੀ ਦੱਸਣਾ ਉਹ ਮਿੰਜੋ, ਕਿਆ ਬੋਲਾਂ ਤੂੰ, ਕਿਆ ਦੱਸਣਾ ਤਾਂ ਮਿੰਜੋ? ਦੱਸਣਾ ਕਿਆ, ਨਾ ਮੈਂ ਰੋਟੀ ਬਣਾਉਣੀ ਨਾ ਤੁਹਾਨੂੰ ਜੋ ਅਧੀ ਲੈ ਆਉਣਾ, ਕਹਿੰਦੇ ਮੈਂ ਜਾਣਾ ਕਹਿੰਦੇ ਮੋਮੋ ਖਾਏ ਹੋਣੇ ਚੁੱਪਚਾਪ, ਫਿਰ ਲੱਗਣਾ ਪਤਾ ਤੁਹਾਨੂੰ ਜੋ। ਉਹ ਬਸ ਕਰਾਂ ਬਾਪੂ, ਤੁਹਾਡੇ ਲੜਨੇ ਦੇ ਚੱਕਰ 'ਚ ਮੇਰੀ ਨਾਨੀ ਪਹਿਲਾਂ ਹੀ ਨਾ ਚਲੀ ਜਾ, ਜਾਣਾ ਦੀਆਂ ਮਿੰਜੋ ਜਾਂ ਮਿੰਜੋ ਬੱਸਾਂ ਚੜ੍ਹਾਈ ਨਾ ਵਾ ਤੁਹਾਂ ਵੀ। ਤਾਂ ਤੂੰ ਐ ਕਿਉਂ ਨੇਰਾ ਕਰਾ ਦੀ, ਚਲੀ ਜਾ ਹੁਣ ਤਾਂ ਚੱਲੀ ਜੋ, ਇਹਨੀ ਚੜ੍ਹਾਈ ਉਹਨਾਂ ਦੀ ਜੋ ਬੱਸਾਂ ਜੰਡਿਆ ਲੈ ਤੇਰੇ ਪੁੱਤੇ, ਚਲੀ ਜਾ। ਚਲੀ ਤਾਂ ਜਾ, ਖਾਲੀ ਵਧਾ ਜਾਣਾ ਨਾ, ਨਾਨੀ ਨੇ ਜੋ ਬਿਸਕੁਟ ਤਾਂ ਲਈ ਜਾਂਗੀ, ਪੈਸੇ ਤਾਂ ਦੇ ਗਿਆ ਕੰਜੂਸ ਦੇ, ਪਤਾ ਨਹੀਂ ਕਿੱਥੋਂ ਮੇਰੇ ਪੱਲੇ ਪਈ ਹੋ ਰੱਬਾ। ਤਾਂ ਮੰਮੀ ਨਾਨੀਆਂ ਬਿਸਕੁਟ ਕੰਨੇ ਲੈਣੇ ਜਾਣੇ ਉਪਰਿਓ, ਤੂੰ ਤਾਂ ਬੋਲਾ ਦੇ ਉਹ ਤਿਆਰ ਬੈਠੀ ਹੋ ਪਹਿਲਾਂ ਹੀ। ਉਹ ਬੱਚਾ ਤੀਜੋ ਨਹੀਂ ਪਤਾ ਨਾ ਜਨਾਨਾ ਦਾ, ਬੜੀਆਂ ਖਰਾਬ ਹੁੰਦੀਆਂ। ਲੈ 10 ਰੁਪਏ ਬਿਸਕੁਟ ਆਏ, ਉਹ ਕਹਿੰਦਾ 10 ਰੁਪਏ ਕਰਿਆ ਲੱਗਣਾ, ਚਲੀਏ ਜਾ। ਇੱਕ ਤਾਂ ਡੈਡੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਹੁਣ ਤਾਂ ਮੰਮੀ ਨੋਈ ਨਾ ਆਈ, ਤੂੰ ਬੋਲਾ ਦੇ ਖਰਾਬ ਨਾ ਕਿ ਨਹੀਂ ਮੰਮੀ, ਦਸੀ ਦਿਆ ਕਰ ਡੈਡੀ ਜੀ, ਪਤਾ ਵੀ ਨਹੀਂ ਲੱਗਦਾ। ਤੁਹਾਨੂੰ ਚੁੱਪ ਕਰਨੇ, ਪੈਸੇ ਦੇ ਦਿਆ 20 ਰੁਪਈਆਂ ਨੇ, ਅੱਜ ਕੱਲ੍ਹ ਕੋਈ ਕਮਚੇ ਨਹੀਂ ਮਾਰਦਾ ਹੈ, ਠੀਕ ਹੈ ਘੱਟ ਤੇ ਘੱਟ 100 ਰੁਪਏ ਦਾ। ਚੱਲ ਠੀਕ ਹੈ ਲੈ 100 ਰੁਪਇਆ, ਕਹਿੰਦਾ ਚਲੀ ਗਿਆ ਹੁਣ, ਕੱਲ ਪਿਆਗਾ ਵਾਪਿਸ ਹੋਣਾ ਚਾਹੀਦੀ ਫਟਾਫਟ, ਸਮਝੀ ਗਈ, ਰੋਟੀ ਤੈਂ ਬਣਾਉਣੀ ਹੈ, ਕਹਿੰਦੇ ਮੇਰੀ ਤਾਂ ਦੁੱਧ ਵੀ ਲੈਣਾ ਹੈ, ਜਲਦੀ ਹੋ ਜਾ ਪਿਆਗਾ। ਚਲੋ ਠੀਕ ਹੈ ਠੀਕ ਹੈ, ਹੁਣ ਜਾਣਾ ਤਾਂ ਦਿਆ ਮਿੰਜੋ, ਚਲੋ ਮੈਨੂੰ ਛੱਡੀ ਨਾਲ। ਮੰਮੀ ਤੁਹਾਨੂੰ ਕਿੰਨੀ ਵਾਰ ਬੋਲਣਾ, ਮਾਸਕੇ ਕੰਨੇ ਲਈ ਨਾ ਜਾ ਕਰਾ, ਕੱਲ ਵੀ ਕਾਂਗੜੇ 'ਚ 25 ਕੇਸ ਲਾਇਆ ਲਈ ਆ, ਮਾਸਕੇ ਲਈ ਆਈ ਹੋ, ਫਿਰ ਮਿੰਜੋ ਬੋਲ ਗਏ ਕਿ ਹੁਣ ਮੈਂ ਬਿਮਾਰ ਹੋਈ ਜੀ। ਚੱਲ ਠੀਕ ਹੈ ਮੁੰਨੂ, ਮੈਂ ਵੀ ਜਾਇਆ ਉਹਨਾਂ ਜਰਾ ਮਾਰਕੀਟ, ਕਹਿੰਦਾ ਤੂੰ ਆਈ ਨੇ ਮੈਂ ਪਾਣੀ ਪਿਆਈ ਦੀਆਂ, ਇਹ ਬੈਠੇ ਮਤ ਖੇਲਦਾ ਰਹਿੰਦਾ, ਇਹਨੇ ਤਾਂ ਘਰ ਐਨ ਕਮਾਉਣੇ ਵਾਲੇ, ਤੇਰੀ ਮਾਂ ਚਲੀ ਭੇਜੋ, ਚੱਲਦਾ ਮੈਂ ਹੁਣ। ਸੁਣਾ ਇਹ ਕੱਪੜੇ ਨੂੰ ਹੀ ਹੋ 10-15 ਦਿਨਾਂ ਦੇ ਤੋਰ ਗਿੰਨੇ ਹੋਈ ਨਾ, ਮੈਂ ਪਤਾ ਨਹੀਂ ਕੰਮ ਹੋਣਾ ਕੱਲ੍ਹ ਜਾਂ ਪਰਸੋਂ। ਹਲੋ ਦੋਸਤੋ, ਤਕੜੀ ਲੱਗੀ ਤੁਹਾਨੂੰ ਮੇਰੀ ਵੀਡੀਓ ਅੱਜ ਕਣੀ, ਜੇ ਤੁਹਾਨੂੰ ਮੇਰੀ ਵੀਡੀਓ ਖਰੀ ਲੱਗੀ ਹੋਊਗੀ ਤਾਂ ਵੀਡੀਓ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣੀ ਹੋ। ਬੜੀ ਜਲਦੀ ਮਿਲ ਗਈ ਤੁਹਾਨੂੰ ਇੱਕ ਹੋਰ ਇਹੀ ਦੇਈ ਇੰਟਰਸਟਿੰਗ ਵੀਡੀਓ 'ਚ, ਕੱਲ੍ਹ ਨੂੰ ਤੱਕ ਜੈ ਮਾਤਾ ਦੀ, ਜੈ ਹਿਮਾਚਲ।